ਜਿਵੇਂ ਜਿਵੇਂ ਤੁਹਾਡੇ ਮਾਇੰਡ ਦੇ ਵਿੱਚ ਬਹੁਤ ਜ਼ਿਆਦਾ ਐਨਰਜੀ ਆਉਂਦੀ ਜਾਵੇਗੀ, ਉਸੇ ਤਰ੍ਹਾਂ ਹੀ ਤੁਹਾਡਾ ਹੱਥ ਇਹ ਆਪਣੇ ਆਪ ਥੱਲੇ ਨੂੰ ਆਉਂਦਾ ਜਾਵੇਗਾ। ਕਿਸ ਤਰ੍ਹਾਂ ਲੱਗ ਰਿਹਾ ਪਹਿਲਾਂ ਨਾਲੋਂ? ਵਧੀਆ, ਬਹੁਤ ਵਧੀਆ। ਹਾਂ, ਸਿਰ ਹਲਕਾ ਹੋ ਗਿਆ। ਹਾਂ, ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਜੁਗਾ ਜੁਗਾ ਦਾ ਭਾਰ ਉਤਰ ਗਿਆ ਸਿਰ ਤੋਂ, ਜਿਵੇਂ ਬਾਹਰ ਸਾਊਂਡ ਉੱਠੇ ਨੇ। ਬਿਲਕੁਲ ਬਿਲਕੁਲ, ਸਰੀਰ ਹਲਕਾ ਹੋ ਗਿਆ। ਅੱਜ ਤੋਂ ਬਾਅਦ ਤੁਹਾਡੇ ਕਦੇ ਵੀ ਮਾਇੰਡ ਦੇ ਵਿੱਚ ਨੈਗੇਟਿਵਿਟੀ ਨਹੀਂ ਆਊਗੀ। ਠੀਕ ਹੈ, ਜਿਹੜੀ ਤੁਸੀਂ ਟੈਨਸ਼ਨ ਕਹਿੰਦੇ ਹੋ, ਠੀਕ ਹੈ ਨਾ, ਉਹ ਖਤਮ ਕਰਤੀ, ਰੱਖ ਲਈ ਇੱਥੇ ਆਪਦੇ ਕੋਲ। ਨੀਂਦ ਵੀ ਵਧੀਆ ਆਊਗੀ, ਕਦੇ ਵੀ ਤੁਹਾਡਾ ਮਨ ਭਾਵਕ ਨਹੀਂ ਹੋਊਗਾ। ਇਹ ਕਿੰਨੀ ਦੇਰ ਤੋਂ ਪ੍ਰੋਬਲਮ ਸੀ ਤੁਹਾਡੀ? ਪਹਿਲਾਂ ਤਾਂ ਬੱਚਾ ਕਿਆ ਹੁੰਦੀ ਹੈ, ਬੱਚਾ ਤੁਹਾਡਾ ਐਕਸਪਾਇਰ ਹੋ ਗਿਆ ਸੀ ਕਿੰਨੇ ਸਾਲ ਪਹਿਲਾਂ? 11 'ਚ। 11 ਦੇ ਵਿੱਚ, ਮਤਲਬ ਕਹਿੰਦੇ 13 ਸਾਲ ਹੋ ਗਏ, ਕਿਉਂਕਿ 14 ਸਾਲ ਹੀ ਹੋ ਗਏ, ਸਕੂਲ ਹੀ ਫੇਲ ਹੋ ਗਿਆ, ਖੰਡਰ ਬਣਿਆ ਪਿਆ। ਤੁਹਾਡਾ 14 ਸਾਲਾਂ ਦਾ ਬਾਈ ਜੀ ਬਨਵਾਸ ਕੱਟਿਆ ਗਿਆ। ਠੀਕ ਠੀਕ ਹੈ, ਮੇਰੇ ਕੋਲ ਆਉਣ ਦਾ ਬਸ ਇਹੀ ਤੁਹਾਡਾ ਬਹੁਤ ਵੱਡਾ ਤੁਹਾਨੂੰ ਬੈਨੀਫਿਟ ਮਿਲ ਗਿਆ। ਠੀਕ 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 ਹੈ, ਅਤੇ ਕੋਈ ਨਹੀਂ, ਚੜ੍ਹਦੀ ਕਲਾ ਵਿੱਚ ਰਹੋ।